ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਕਰੀਬ 8 ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਤਿਹਾਰ ਜੇਲ੍ਹ ਵਿੱਚ 15 ਅਪ੍ਰੈਲ ਨੂੰ ਮਿਲੇ ਸਨ ਹਾਲਾਂਕਿ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਜ਼ਮਾਨਤ ਤੇ ਬਾਹਰ ਆ ਗਏ ਸਨ ਤੇ ਫਿਰ ਦੋਵੇਂ ਲੀਡਰ ਪ੍ਰਚਾਰ ਦੇ ਵਿੱਚ ਇਕੱਠੇ ਰਹੇ ਸਨ ਪਤਾ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨਾਲ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਦੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕੀਤੀ ਇਸ ਮੌਕੇ ਵੱਖ-ਵੱਖ ਹਲਕਿਆਂ ਦੇ ਵੋਟ ਪੈਟਰਨ ਤੇ ਵੀ ਚਰਚਾ ਹੋਈ ਹੈ ਚੋਣਾਂ ਦੌਰਾਨ ਜਿਹੜੇ ਐਮਐਲਏ ਦਾ ਵਧੀਆ ਪ੍ਰਦਰਸ਼ਨ ਰਿਹਾ ਉਹਨਾਂ ਦੀ ਸ਼ਲਾਘਾ ਵੀ ਹੋਈ ਹੈ ਦੋਵਾਂ ਦੇ ਵਿਚਾਲੇ ਕਰੀਬ ਅੱਧਾ ਘੰਟਾ ਜੇਲ੍ਹ ਦੇ ਵਿੱਚ ਬੈਠਕ ਹੋਈ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕਈ ਦਿਨਾਂ ਤੋਂ ਪੰਜਾਬ ਚੋਣਾਂ ਦੇ ਵਿੱਚ 10 ਸੀਟਾਂ ਤੇ ਹੋਈ ਹਾਰ ਦੇ ਮੁਲਾਂਕਣ ਲਈ ਵੱਖ-ਵੱਖ ਹਲਕਿਆਂ ਦੇ ਲੀਡਰਾਂ ਦੇ ਨਾਲ ਲਗਾਤਾਰ ਬੈਠਕਾਂ ਕਰ ਰਹੇ ਸਨ ਤੇ ਇਹਨਾਂ ਬੈਠਕਾਂ ਦੇ ਵਿੱਚ ਜਿਹੜੀ ਫੀਡਬੈਕ ਮਿਲੀ ਹੈ ਉਸ ਤੇ ਵੀ ਦੋਵੇਂ ਵੱਡੇ ਲੀਡਰਾਂ ਦੀ ਚਰਚਾ ਹੋਈ ਹੈ ਅਹਿਮ ਸੂਤਰ ਦੱਸਦੇ ਨੇ ਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ مشਵਰਾ ਦਿੱਤਾ ਕਿ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਮਾਪਣ ਲਈ ਬੂਥ ਪੱਧਰ ਤੇ ਰਹੀਆਂ ਕਮੀਆਂ ਤੇ ਜ਼ਰੂਰ ਝਾਤੀ ਮਾਰੀ ਜਾਵੇ ਤੇ ਇਹ ਵੀ ਕਹਿੰਦੇ ਸਲਾਹ ਮਿਲੀ ਹੈ ਕਿ ਬੂਥ ਪੱਦਰ ਤੇ ਕਮੀਆਂ ਦੇ ਨਿਸ਼ਾਨ ਦੇਹੀ ਤੋਂ ਬਾਅਦ ਲੋਕਾਂ ਦੀ ਨਰਾਜ਼ਗੀ ਦੂਰ ਕਰਨ ਵਾਸਤੇ ਉਪਰਾਲੇ ਕੀਤੇ ਜਾਣ ਤੇ ਜਲੰਧਰ ਦੀ ਜ਼ਿਮਨੀ ਚੋਣ ਬਾਰੇ ਵੀ ਤਿਆਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਸੂਤਰਤਾ ਇਹ ਵੀ ਦੱਸਦੇ ਨੇ ਕਿ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਉਮੀਦਵਾਰ ਦੀ ਚੋਣ ਕਰਨ ਦੇ ਸਾਰੇ ਜਿਹੜੇ ਹੱਕ ਨੇ ਉਹ ਵੀ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਦੇ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਸੁਨੀਤਾ ਕੇਜਰੀਵਾਲ ਨੂੰ ਵੀ ਮਿਲੇ ਹਾਲਾਂਕਿ ਉਹਨਾਂ ਨੇ ਇਸ ਮੁਲਾਕਾਤ ਨੂੰ ਨਿਰੋਲ ਪਰਵਾਰਿਕ ਮੁਲਾਕਾਤ ਦੱਸਿਆ ਹੈ ਕੱਲ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਵਾਜ਼ ਆਦਮੀ ਪਾਰਟੀ ਦੇ ਰਾਸ ਸਭਾ ਮੈਂਬਰ ਸੰਦੀਪ ਪਾਠਕ ਨਾਲ ਦਿੱਲੀ ਵੱਲ ਨੂੰ ਚਾਲੇ ਪਾਏ ਸਨ ਤਾਂ ਮੀਡੀਆ ਦੇ ਵਿੱਚ ਜ਼ਬਰਦਸਤ ਇਹ ਖਬਰਾਂ ਚੱਲ ਰਹੀਆਂ ਸਨ ਕਿ ਆਵਾਜ਼ ਆਦਮੀ ਪਾਰਟੀ ਦੀ ਕੈਬਨਿਟ ਦੇ ਵਿੱਚ ਫੇਰ ਬਦਲ ਹੋਣ ਜਾ ਰਿਹਾ ਰੱਦੋ ਬਦਲ ਹੋਣ ਜਾ ਰਿਹਾ ਹੈ ਕਈ ਮੰਤਰੀਆਂ ਦੀ ਕੁਰਸੀ ਜਾ ਸਕਦੀ ਹੈ ਤੇ ਕਈ ਨਵਿਆਂ ਦੀ ਐਂਟਰੀ ਹੋ ਸਕਦੀ ਹੈ ਇਹਨਾਂ ਖਬਰਾਂ ਨੂੰ ਆਵਾਜ਼ ਆਦਮੀ ਪਾਰਟੀ ਪੰਜਾਬ ਨੇ ਖਾਰਜ ਕੀਤਾ ਹੈ ਉਹਨਾਂ ਦੱਸਿਆ ਕਿ ਮੀਡੀਆ ਦੇ ਵਿੱਚ ਇਹ ਰਿਊਮਰ ਚੱਲ ਰਹੇ ਨੇ ਅਫਵਾਹਾਂ ਚੱਲ ਰਹੀਆਂ ਨੇ ਅਜਈਆਂ ਖਬਰਾਂ ਬਿਨਾਂ ਕਿਸੇ ਪੁਸ਼ਟੀ ਤੋਂ ਕਿਰਪਾ ਕਰਕੇ ਨਾ ਚਲਾਈਆਂ ਜਾਣ ਆਮ ਆਦਮੀ ਪਾਰਟੀ ਨੇ ਖਾਸ ਤੌਰ ਤੇ ਮੀਡੀਆ ਅਦਾਰਿਆਂ ਦੇ ਨਾਮ ਲੈ ਕੇ ਚਿੱਠੀਆਂ ਕੱਢੀਆਂ ਹਨ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਦੈਨਿਕ ਭਾਸਕਰ ਜੀ ਪੰਜਾਬ ਅਤੇ ਟਰਬਿਊਨ ਦੇ ਸੰਪਾਦਕਾਂ ਨੂੰ ਚਿੱਠੀਆਂ ਕੱਢ ਕੇ ਅਪੀਲ ਕੀਤੀ ਹੈ ਅਜਈਆਂ ਖਬਰਾਂ ਦੀ ਪੁਖਤਾ ਤੌਰ ਤੇ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੀ ਚਲਾਈਆਂ ਜਾਣ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵੱਡੇ ਫਰਕ ਦੇ ਨਾਲ ਸੰਸਦ ਮੈਂਬਰ ਚੁਣੇ ਗਏ ਅਮਰਿਤਪਾਲ ਸਿੰਘ ਦੀ ਰਿਹਾਈ ਤੇ ਸੋਚ ਚੁਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਚੱਲ ਰਹੀਆਂ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਹੈ ਕਿ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਸੰਵਿਧਾਨਕ ਤਰੀਕੇ ਨਾਲ ਸੰਸਦ ਮੈਂਬਰ ਚੁਣਿਆ ਗਿਆ ਹੈ ਉਸ ਸੰਸਦ ਮੈਂਬਰਾਂ ਦੇ ਹੋਣ ਵਾਲੇ ਸੌਚਕ ਸਮਾਗਮ ਦੇ ਵਿੱਚ ਬਤੌਰ ਐਮਪੀ ਸ਼ਾਮਲ ਹੋਣ ਤੇ ਸੌਂਚ ਚੁੱਕਣ ਦੇ ਹੱਕਦਾਰ ਨੇ ਤੇ ਭਾਰਤੀ ਸੰਵਿਧਾਨ ਮੁਤਾਬਿਕ ਇਹ ਜ਼ਰੂਰੀ ਵੀ ਹੈ ਇਸ ਕਰਕੇ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਝੂਠੀ ਤੇ ਬੇਬੁਨਿਆਦ ਤੌਰ ਤੇ ਲੱਗੀ ਐਨਐਸਏ ਦੀ ਧਾਰਾ ਹਟਾ ਕੇ ਤੁਰੰਤ ਡਿਬਰੂਗੜ ਜੇਲ੍ਹ ਦੇ ਵਿੱਚੋਂ ਰਿਹਾਅ ਕਰਵਾਇਆ ਜਾਵੇ ਤੇ ਸੌਚਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇ ਇਹ ਮੰਗ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੇ ਵਫਦ ਦੇ ਵੱਲੋਂ ਚਿੱਠੀ ਦੇ ਕੇ ਕੀਤੀ ਗਈ ਹੈ